ਜੈ ਮਸਤਾ ਦੀ, ਜੈ ਪੀਰਾ ਦੀ, ਜੈ ਬਲੀਆ ਦੀ। ਤੁਸੀਂ ਦੇਖ ਰਹੇ ਹੋ ਤੁਹਾਡਾ ਚੈਨਲ ਮਸਤਾ ਦਾ ਦਾਸ। ਅੱਜ ਵੀਡੀਓ ਬਣਾਉਣ ਦਾ ਇੱਕੋ ਸਾਡਾ ਮਤਲਬ ਸੀ, ਦਾਤਾ ਜੀ ਦਾ ਉਰਸ ਆ ਰਿਹਾ ਹੈ, ਮਡਾਲੀ ਵਾਲੇ ਦਾਤਾ ਜੀ, ਦਾਤਾ ਅਲੀ ਅਹਿਮਦ ਸ਼ਾਹ ਕਾਦਰੀ ਜੀ, ਉਹਨਾਂ ਦਾ ਉਰਸ ਆ ਰਿਹਾ ਆ। ਇਹ ਵੀਡੀਓ ਅਸੀਂ ਦਾਤਾ ਜੀ ਲਈ ਸਪੈਸ਼ਲ ਬਣਾ ਰਹੇ ਹਾਂ, ਨਾਲੇ ਤੁਹਾਨੂੰ ਉਰਸ ਦੇ ਬਾਰੇ ਦੱਸਣਾ ਸੀ, ਨਾਲੇ ਇੱਕ ਗੱਲ ਦਾਤਾ ਜੀ ਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਚੱਲਦੇ ਚੱਲਦੇ, ਨਾਲੇ ਹੋਰ ਕੁਝ ਗੱਲਾਂ ਕਰਾਂਗੇ ਫਕੀਰਾਂ ਦੀ ਆ। ਤੁਸੀਂ ਸਾਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟਾਂ ਦੇ ਵਿੱਚ ਜੈ ਦਾਤਾ ਜੀ ਜ਼ਰੂਰ ਲਿਖਣਾ। ਆਪਾਂ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਉਰਸ ਦੀ ਮੇਲੇ ਦੀ ਡੇਟ ਦੱਸਾਂਗੇ। ਦਾਤਾ ਜੀ ਦਾ ਉਰਸ 12 ਦਸੰਬਰ ਤੋਂ ਸ਼ੁਰੂ ਹੋਣਾ ਹੈ ਮਡਾਲੀ ਦੇ ਵਿਖੇ। ਮਡਾਲੀ ਵਿਖੇ 12 ਤਰੀਕ ਤੋਂ ਸ਼ੁਰੂ ਹੋ ਕੇ 14 ਤਰੀਕ ਤੱਕ ਬਾਬਾ ਜੀ ਦਾ ਉਰਸ ਚੱਲਣਾ ਹੈ ਦਾਤਾ ਜੀ ਦਾ। ਤੁਸੀਂ ਸਾਰੇ ਦੋਸਤਾਂ ਨੇ ਦਾਤਾ ਜੀ ਦੇ ਮੇਲੇ ਦੀ ਆ ਤੁਹਾਨੂੰ ਲੱਖ ਲੱਖ ਮੁਬਾਰਕਾਂ, ਨਾਲੇ ਤੁਸੀਂ ਸਾਰੇ ਮੇਰੇ ਦੋਸਤਾਂ ਨੇ, ਵੀਰਾਂ ਨੇ, ਜਿਹਨਾਂ ਨੇ ਵੀਡੀਓ ਹੀ ਦੇਖੀ ਉਹ ਦਾਤਾ ਜੀ ਦੇ ਉਰਸ ਦੇ ਵਿੱਚ ਜ਼ਰੂਰ ਹਾਜ਼ਰੀ ਪਾਉਣਾ, ਦਾਤਾ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਲੈ ਕੇ ਆਉਣਾ। ਜੇ ਸਾਨੂੰ ਵੀ ਦਾਤਾ ਜੀ ਨੇ ਸੱਦਿਆ ਤਾਂ ਜ਼ਰੂਰ ਚਾਹਵਾਂਗੇ ਦਾਤਾ ਜੀ ਦੇ ਦਰਬਾਰ ਦੇ ਵਿੱਚ। ਦਾਤਾ ਜੀ ਦੀ ਮਰਜ਼ੀ ਤੋਂ ਬਿਨਾਂ ਦਾਤਾ ਜੀ ਦੇ ਦਰਬਾਰ ਦੇ ਵਿੱਚ ਕਿਸੇ ਦਾ ਜਾਣਾ ਬਹੁਤ ਮੁਸ਼ਕਲ ਹੈ, ਪਰ ਦਾਤਾ ਜੀ ਜੇ ਸੱਦ ਲੈਣ ਫਿਰ ਦਾਤਾ ਜੀ ਆਪਣੇ ਦਰਬਾਰ ਦੇ ਵਿੱਚ ਸੱਦ ਕੇ ਆਪ ਖੈਰ ਚੋਲੀ ਦੇ ਵਿੱਚ ਪਾਉਂਦੇ ਆ। ਦਾਤਾ ਜੀ ਵਰਗਾ ਕੋਈ ਸਖੀ ਨਹੀਂ ਦੇਖਿਆ। ਦਾਤਾ ਜੀ ਨੇ ਜਦ ਵੀ ਕਵਾਲੀ ਸੁਣਨੀ ਸੀ, ਜਦ ਵੀ ਕਵਾਲੀ ਸੁਣਿਆ ਕਰਦੇ ਸੀ, ਸੁਣਨੇ ਹੁੰਦੀ ਸੀ, ਦਾਤਾ ਜੀ ਨੇ ਬੋਰੀ ਵਿਛਾ ਕੇ ਬੈਠ ਜਾਂਦੇ ਸੀ। ਹੁਣ ਰੱਬ ਦੀ ਬੋਰੀ ਥੱਲੇ ਰੱਬ ਹੀ ਹੋ ਸਕਦਾ, ਕਿਉਂਕਿ ਕਦੋਂ ਵੀ ਦਾਤਾ ਜੀ ਨੇ ਪੈਸੇ ਦੇਣੇ ਉਸ ਬੋਰੀ ਦੇ ਥੱਲੇ ਉਹ ਕੱਢ ਕੇ ਹੀ ਦਿੰਦੇ ਕਵਾਲੀਆਂ ਵਾਲਿਆਂ ਨੂੰ, ਜਾਂ ਹੋਰ ਵੀ ਕੋਈ ਸੰਗਤ ਦਾ ਬੰਦਾ ਆ ਜਾਂਦਾ ਸੀ, ਦਾਤਾ ਜੀ ਨੇ ਬੋਰੀ ਦੇ ਹੱਥ ਮਾਰਨਾ, ਖਜ਼ਾਨਾ ਦੇ ਦੇਣਾ। ਕਿਉਂਕਿ ਇਹ ਮਾਇਆ ਸੰਤਨ ਕੀ ਦਾਸੀ, ਤੀਨ ਲੋਕ ਸੇ ਨਿਆਰੀ, ਕਾਨੋ ਕਾਟੀ ਨਾਕੋ ਕਾਟੀ ਕਾਟ ਕਾਟ ਕਰ ਮਾਰੀ, ਇਹ ਮਾਇਆ ਸੰਤਨ ਕੀ ਦਾਸੀ ਤੀਨ ਲੋਕ ਸੇ ਨਿਆਰੀ। ਇਹ ਕਿਹੜੀ ਮਾਇਆ ਆ, ਮਾਇਆ ਪ੍ਰਭੂ ਦੇ ਚਰਨਾਂ ਦੇ ਵਿੱਚ ਹੀ ਰਹੀ ਹੈ। ਕਿਉਂਕਿ ਵਿਸ਼ਨੂੰ ਭਗਵਾਨ ਲਾ ਲਓ, ਲਕਸ਼ਮੀ ਚਰਨਾਂ ਦੇ ਵਿੱਚ ਹੀ ਰਹੀ ਹੈ, ਅਤੇ ਜਿਹੜੇ ਸਾਡੇ ਦਾਤਾ ਜੀ ਹੈ, ਸਾਈ ਜੀ ਹੈ, ਬਾਬਾ ਅਮੀ ਚੰਦ ਜੀ ਹੈ, ਚਿੰਤਾ ਭਗਤ ਜੀ, ਇਹ ਵਿਸ਼ਨੂੰ ਹੀ ਹੈ ਸਾਡੇ, ਇਹਨਾਂ ਦੇ ਚਰਨਾਂ ਦੇ ਵਿੱਚ ਹੀ ਪੈਸ ਰਹੇ, ਇਹਨਾਂ ਨੇ ਕੋਈ ਮੋਹ ਨਹੀਂ ਕੀਤਾ, ਪਰ ਲਕਸ਼ਮੀ ਇਹਨਾਂ ਦੇ ਪੈਰਾਂ ਦੇ ਵਿੱਚ ਹੀ ਰੁੜੀ ਹੈ, ਪੈਰਾਂ ਦੇ ਵਿੱਚ ਹੀ ਰਹੀ ਹੈ। ਕੋਈ ਵੀ ਸੰਤ ਫਕੀਰ ਆ, ਚਰਨਾਂ ਦੇ ਵਿੱਚ ਹੀ ਮਾਇਆ ਹੁੰਦੀ ਹੈ ਹਮੇਸ਼ਾ। ਆਪਾਂ ਇੱਕ ਦਾਤਾ ਜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ, ਉਸ ਦੀ ਗੱਲ ਤਾਂ ਤੁਹਾਨੂੰ ਦੱਸਤੀ ਸਾਰਿਆਂ ਨੇ, ਇੱਕ ਵਾਰੀ ਫਿਰ ਦੁਬਾਰਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ, 12 ਦਸੰਬਰ ਤੋਂ ਸ਼ੁਰੂ ਹੋਣਾ ਦਾਤਾ ਜੀ ਦਾ ਉਰਸ, 14 ਤਰੀਕ ਤੱਕ ਚੱਲਣਾ ਹੈ। ਤੁਸੀਂ ਸਾਰਿਆਂ ਨੇ ਦਾਤਾ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀ ਪਾਉਣੀ। ਹੁਣ ਆਪਾਂ ਇੱਕ ਦਾਤਾ ਜੀ ਦੀ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ। ਦਾਤਾ ਜੀ ਤਾਂ ਐਸੀ ਹਸਤੀ ਹੋਏ ਨੇ, ਗੁਰਦਾਸ ਮਾਨ ਸਾਹਿਬ ਜੀ ਨੇ ਵੀ ਕਿਹਾ ਹੈ, ਦਾਤਾ ਸਾਹਿਬ ਮਡਾਲੀ ਦੇ ਵਿੱਚ ਰੁਤਬਾ ਖਾਸ ਨਿਰਾਲਾ,
ਸਾਡਾ ਯਾਰ ਨਕੋਦਰ ਦੇ ਵਿੱਚ ਪੀਰ ਮੁਰਾਦਾ ਵਾਲਾ, ਦਾਤਾ ਸਾਹਿਬ ਮਡਾਲੀ ਦੇ ਵਿੱਚ ਰੁਤਬਾ ਖਾਸ ਨਿਰਾਲਾ, ਚਿੰਤਾ ਭਗਤ ਮਟਾਵੇ ਚਿੰਤਾ ਬਾਬਾ ਰੁੜਕੇ ਵਾਲਾ, ਮਾਨਾ ਮੁਰਸ਼ਦ ਲੋਕਾਂ ਦਾ ਘਰ ਲੱਭਦਾ ਨਹੀਂ ਸੁਖਾਲਾ, ਮਰ ਜਾਣੇ ਨੂੰ ਮਾਣ ਬਖਸ਼ ਕੇ ਲਾਡੀ ਸ਼ਾਏ ਕਹਿੰਦਾ। ਦਾਤਾ ਜੀ ਦੇ ਦਰਬਾਰ ਦੇ ਵਿੱਚ ਜਦ ਦਾਤਾ ਜੀ ਹਾਜ਼ਰ ਸੀ, ਦਾਤਾ ਜੀ ਰੋਜ਼ਾਨਾ ਕਵਾਲੀ ਸੁਣਿਆ ਕਰਦੇ ਸੀ। ਜਦ ਵੀ ਦਾਤਾ ਜੀ ਦਾ ਮੌਜ ਹੋਣੀ, ਦਾਤਾ ਜੀ ਕਵਾਲੀ ਸੁਣਿਆ ਕਰਦੇ ਸੀ। ਜ਼ਿਆਦਾਤਰ ਕਵਾਲੀ ਚੱਲਦੀ ਰਹਿੰਦੀ ਸੀ ਮਡਾਲੀ ਦਰਬਾਰ ਦੇ ਵਿੱਚ, ਅਤੇ ਕੋਈ ਤਾਂ ਕੋਈ ਕਵਾਲ ਦਾਤਾ ਜੀ ਦੇ ਕੋਲ ਹਾਜ਼ਰੀ ਭਰਨ ਆਏ ਕਰਦਾ ਸੀ ਡੇਲੀ। ਜਦ ਦਾਤਾ ਜੀ ਦੇ ਕੋਲ ਇੱਕ ਕਵਾਲ ਆਇਆ, ਉਸਨੇ ਗਾਉਣਾ ਸ਼ੁਰੂ ਕੀਤਾ। ਦਾਤਾ ਜੀ ਗੁਰਦਾਸ ਮਾਨ ਸਾਹਿਬ ਜੀ ਦਾ ਬਹੁਤ ਗੀਤ ਸੁਣਿਆ ਕਰਦੇ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ। ਪਰ ਦਾਤਾ ਜੀ ਸੁਣਿਆ ਕਰਦੇ ਸੀ ਸੱਜਣਾ ਵੇ ਸੱਜਣਾ, ਬੰਗੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ। ਦਾਤਾ ਜੀ ਦੇ ਮੁਰਸ਼ਦ, ਦਾਤਾ ਜੀ ਦੇ ਗੁਰੂ ਬੰਗਿਆਂ ਦੇ ਵਿੱਚ ਹੋਏ ਨੇ, ਪੀਰ ਗੁਲਾਮੀ ਸ਼ਾਹ ਜੀ ਕਾਦਰੀ, ਉਹਨਾਂ ਦਾ ਦਰਬਾਰ ਬੰਗਿਆਂ ਦੇ ਵਿੱਚ ਹੈ। ਦਾਤਾ ਜੀ ਨੇ ਉਹਨਾਂ ਦੀ ਇੰਨੀ ਸੇਵਾ ਕੀਤੀ ਹੈ, ਇੰਨੀ ਉਹਨਾਂ ਦੀ ਖਿਦਮਤਕਾਰੀ ਕੀਤੀ ਹੈ, ਇੰਨੀ ਇਬਾਦਤ ਕੀਤੀ ਹੈ, ਬਹੁਤ ਹੀ ਜ਼ਿਆਦਾ। ਜਦ ਗੱਦੀ ਨਸ਼ੀਨ ਉਹ ਵੀ ਮਡਾਲੀ ਸ਼ਰੀਫ ਦੇ ਸੀ, ਪਰ ਦਾਤਾ ਜੀ ਨੇ ਇੰਨੀ ਇਬਾਦਤ ਕੀਤੀ। ਜਦ ਪੈਰਾਂ 'ਤੇ ਚਾਹ ਬਣਾਤੀ, ਪੀਰ ਗੁਲਾਮੀ ਸ਼ਾਹ ਜੀ ਨੇ ਕਿਹਾ ਚਾਹ ਪੀਣੀ ਹੈ, ਦਾਤਾ ਜੀ ਨੇ ਆਪਣੇ ਪੈਰਾਂ ਦੇ ਉੱਤੇ ਪਤੀਲਾ ਰੱਖ ਕੇ ਚਾਹ ਬਣਾਤੀ। ਜਦੋਂ ਚਾਹ ਬਣਾ ਕੇ ਪਿਲਾਤੀ, ਮੁਰਸ਼ਦ ਖੁਸ਼ ਹੋਏ, ਮੁਰਸ਼ਦ ਖੁਸ਼ ਹੋਏ ਤਾਂ ਉਹ ਕਹਿਣ ਲੱਗੇ, ਜਾ ਅਲੀ ਅਹਿਮਦ, ਹੁਣ ਤੂੰ ਪਹੁੰਚਿਆ ਫਕੀਰ ਹੋ ਗਿਆ, ਹੁਣ ਇੱਕ ਮਿਆਨ ਦੇ ਵਿੱਚ ਦੋ ਕਿਰਪਾਨਾਂ ਨਹੀਂ ਰਹਿਣਗੀਆਂ, ਸਾਡਾ ਡੇਰਾ ਹੋਊਗਾ ਬੰਗਿਆਂ ਦੇ ਵਿੱਚ, ਤੇਰਾ ਡੇਰਾ ਹੋਊਗਾ ਮਡਾਲੀ ਸ਼ਰੀਫ, ਤੈਨੂੰ ਦਾਤਾ ਜੀ ਕਹਿ ਕੇ ਪੂਜਣਗੇ ਸਾਰੇ, ਦਾਤਾ ਹੀ ਦਾਤਾ ਹੋਊਗਾ ਆਉਣ ਵਾਲੇ ਟਾਈਮ ਦੇ ਵਿੱਚ। ਇਹੋ ਜਿਹੀ ਬਾਤਾਂ ਕੀਤੀਆਂ ਮੁਰਸ਼ਦਾਂ ਨੇ, ਕਹਿਤਾ ਤੂੰ ਪਹੁੰਚਿਆ ਫਕੀਰ ਹੋ ਗਿਆ ਤਾਂ ਫਿਰ ਗੱਲ ਹੀ ਮੁੱਕ ਗਈ। ਦਾਤਾ ਜੀ ਕਵਾਲੀ ਸੁਣਿਆ ਕਰਦੇ ਸੀ, ਕਵਾਲੀ ਸੁਣਿਆ ਕਰਦੇ ਸੀ, ਜੇ ਇੱਕ ਟੱਪਾ ਆਇਆ ਵਿੱਚ ਦੇ ਕਵਾਲੀ ਦੇ ਵਿੱਚ, ਐਸਾ ਵੇਖਿਆ ਲਾਪਰਵਾਹ ਸੋਹਣਾ, ਮੈਂ ਹੱਥ ਜੋੜਾ ਉਹ ਦਿਲ ਤੋੜੇ, ਐਸਾ ਵੇਖਿਆ ਬੇ ਲਾਪਰਵਾਹ ਸੋਹਣਾ, ਮੈਂ ਹੱਥ ਜੋੜਾ ਉਹ ਦਿਲ ਤੋੜੇ। ਜਦ ਇਹ ਟੱਪਾ ਬੋਲਿਆ, ਦਾਤਾ ਜੀ ਨੇ ਕਵਾਲ ਨੂੰ ਹੱਥ ਮਾਰਿਆ, ਰੋਕੋ ਕਾਕਾ ਇੱਧਰ ਗੱਲ ਸੁਣ। ਦਾਤਾ ਜੀ ਬਹੁਤ ਘੱਟ ਬੋਲਿਆ ਕਰਦੇ ਸੀ। ਦਾਤਾ ਜੀ ਪਹਿਲੀ ਗੱਲ ਜਦ ਵੀ ਕਿੱਦਾਂ ਸਾਨੂੰ ਦੱਸਿਆ ਆ, ਸਾਡੇ ਘਰਦਿਆਂ ਨੇ ਉਹਨੇ ਦਾਤਾ ਜੀ ਦੇ ਦਰਸ਼ਨ ਕੀਤੇ ਆ, ਉਹ ਕਹਿੰਦੇ ਦਾਤਾ ਜੀ ਕਦੀ ਕਿਸੇ ਦੇ ਵੱਲ ਨਹੀਂ ਦੇਖਦੇ ਹੁੰਦੇ ਸੀ, ਦਾਤਾ ਜੀ ਨੀਵੀਂ ਪਾ ਕੇ ਜ਼ਿਆਦਾਤਰ ਰੱਖਿਆ ਕਰਦੇ ਸੀ, ਪਰ ਜਿਹਦੇ ਵੱਲ ਦੇਖ ਲੈਂਦੇ ਸੀ ਉਹਦੇ ਵੇੜੇ ਪਾਰ ਹੋ ਜਾਂਦੇ ਸੀ। ਦਾਤਾ ਜੀ ਬਹੁਤ ਘੱਟ ਬੋਲਿਆ ਕਰਦੇ ਸੀ, ਬਹੁਤ ਘੱਟ ਉੱਪਰ ਨੂੰ ਦੇਖਿਆ ਕਰਦੇ ਸੀ, ਜ਼ਿਆਦਾ ਨੀਵੀਂ ਪਾ ਕੇ ਰੱਖਦੇ ਸੀ ਦਾਤਾ ਜੀ। ਜਦ ਉਸ ਕਵਾਲ ਨੂੰ ਆਪਣੇ ਕੋਲ ਬੁਲਾਇਆ, ਦਾਤਾ ਜੀ ਨੇ ਕਾਕਾ ਗੱਲ ਸੁਣ, ਇਹ ਕਿਹੜਾ ਟੱਪਾ ਬੋਲਿਆ, ਕੀ ਬੋਲਿਆ, ਸਾਨੂੰ ਇੱਕ ਵਾਰੀ ਦੁਬਾਰਾ ਬੋਲ ਕੇ ਦੱਸ। ਕਹਿੰਦਾ ਐਸਾ ਵੇਖਿਆ ਲਾਪਰਵਾਹ ਸੋਹਣਾ, ਮੈਂ ਹੱਥ ਜੋੜਾ ਉਹ ਦਿਲ ਤੋੜੇ। ਕਹਿੰਦਾ ਕਾਕਾ ਲਾਪਰਵਾਹ ਨਹੀਂ ਹੁੰਦੇ ਯਾਰ, ਯਾਰ ਲਾਪਰਵਾਹ ਨਹੀਂ ਹੁੰਦੇ, ਬੇਪਰਵਾਹ ਹੁੰਦੇ ਆ। ਉਹ ਚਮੜੀ ਲਹਾ ਦਿੰਦੇ ਆ ਮੁਰੀਦ ਦੀ, ਆਸ਼ਕ ਦੀ, ਉਹ ਬੇਪਰਵਾਹ ਹੋਏ ਤਾਂ ਲਾਪਰਵਾਹ ਹੋਏ। ਇੱਕ ਗੱਲ ਦੱਸ ਦਾਤਾ ਜੀ, ਕਹਿੰਦੇ ਕਵਾਲੀਆ ਵਾਲਾ ਹੱਥ ਜੋੜ ਕੇ ਬੈਠ ਗਿਆ,
ਕਹਿੰਦੇ ਦਾਤਾ ਜੀ ਤੁਹਾਡੀਆਂ ਰਮਜਾ ਤੁਸੀਂ ਜਾਣਦੇ ਆ, ਅਸੀਂ ਤਾਂ ਤੁਹਾਡੇ ਗੁਲਾਮ ਆ, ਤੁਹਾਡੇ ਦਰਬਾਰ ਦੇ ਕੁੱਤੇ ਆ, ਤੁਸੀਂ ਜਿੱਦਾਂ ਕਹੋਗੇ ਅਸੀਂ ਉੱਦਾਂ ਭੌਂਕਾਂਗੇ। ਕਹਿੰਦੇ ਜਾ ਹੁਣ ਤੂੰ ਬੋਲ, ਐਸਾ ਦੇਖਿਆ ਬੇਪਰਵਾਹ ਸੋਹਣਾ ਮੈਂ ਹੱਥ ਜੋੜਾ ਉਹ ਦਿਲ ਤੋੜੇ। ਜਦ ਦਾਤਾ ਜੀ ਨੇ ਇਕਬਾਲ ਨੂੰ ਕਿਹਾ, ਦਾਤਾ ਜੀ ਦੇ ਇੱਕ ਕਹਿਣ 'ਤੇ ਹੁਕਮਾਂ 'ਤੇ ਉਹਨੇ ਇਹੀ ਟੱਪਾ ਆਪਣੀ ਕਾਪੀ ਦੇ ਵਿੱਚੋਂ ਕੱਟਿਆ ਅਤੇ ਇਹ ਟੱਪਾ ਲਿਖ ਲਿਆ। ਹੁਣ ਜਿੰਨੇ ਵੀ ਆਪਾਂ ਕਲਾਕਾਰ ਆ ਉਹ ਦਾਤਾ ਜੀ ਦੇ ਹੁਕਮਾਂ ਦੇ ਨਾਲ ਇਹ ਸ਼ੇਰ ਨੂੰ ਇੱਦਾਂ ਹੀ ਬੋਲਦੇ ਆ, ਐਸਾ ਦੇਖਿਆ ਬੇਪਰਵਾਹ ਸੋਹਣਾ ਮੈਂ ਹੱਥ ਜੋੜਾ ਉਹ ਦਿਲ ਤੋੜੇ। ਸਿੱਧੂ ਸਿਕੰਦਰ ਜੀ ਦੇ ਗਾਣੇ ਦੇ ਵਿੱਚ ਵੀ ਇਹ ਟੱਪਾ ਉਹਨਾਂ ਨੇ ਵੀ ਇੱਕ ਵਾਰੀ ਦੱਸਿਆ ਸੀ ਵੀਡੀਓ ਦੇ ਵਿੱਚ, ਦਾਤਾ ਜੀ ਦੀ ਗੱਲ ਦੱਸੀ ਸੀ। ਉਹਨੇ ਕਿਹਾ ਦਾਤਾ ਜੀ ਨੇ ਮੈਨੂੰ 5 ਰੁਪਏ ਦਿੱਤੇ ਸੀ, ਹੁਣ ਉਹ 5 ਦੇ 5 ਕਰੋੜ ਬਣੇ ਦਾ 5 ਅਰਬ ਬਣੇ ਇਹ ਤਾਂ ਦਾਤਾ ਜੀ ਜਾਣਦੇ ਆ। ਕੈਸੀਆਂ ਕੈਸੀਆਂ ਬਖਸ਼ਾ ਕੀਤੀ ਹੈ ਦਾਤਾ ਜੀ ਨੇ। ਦਾਤਾ ਜੀ ਦੀ ਕਵਾਲੀ ਸੁਣਿਆ ਕਰਦੇ ਸੀ, ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ, ਅਸੀਂ ਉੱਚਿਆਂ ਦੇ ਸੰਗ ਲਾਏ। ਕਿਉਂਕਿ ਦਾਤਾ ਜੀ ਇੰਨਾ ਇਸ਼ਕ ਕਰਦੇ ਸੀ ਪੀਰ ਗੁਲਾਮੀ ਸ਼ਾਹ ਜੀ ਨੂੰ, ਕੋਈ ਬੰਦਾ ਦੱਸ ਨਹੀਂ ਸਕਦਾ ਕਿੱਦਾਂ। ਉੱਥੇ ਦੇ ਸੇਵਾਦਾਰਾਂ ਨੇ ਦੱਸਿਆ, ਅਸੀਂ ਕੁਝ ਵੀਡੀਓ ਵੀ ਦੇਖਿਆ ਯੂਟਿਊਬ 'ਤੇ, ਦਾਤਾ ਜੀ ਨੇ ਤਾਂ ਇੰਨੀ ਕੁ ਮੁਰੀਦੀ ਕੀਤੀ ਹੈ, ਫਿਰ ਪੀਰੀ ਨੂੰ ਤਾਂ ਸਿਖਰ ਲੱਗਣਾ ਹੀ ਆ ਜੇ ਮੁਰੀਦੀ ਆ ਇੱਦਾਂ ਦੀ ਕੀਤੀ ਹੈ ਤਾਂ। ਇੱਕ ਵਾਰ ਦਾਤਾ ਜੀ ਨੂੰ ਮੁਰਸ਼ਿਦਾਂ ਨੇ ਕੋਠੇ ਉੱਤੋਂ ਸਿੱਟਤਾ ਸੀ, ਦਾਤਾ ਜੀ ਸ਼ਾਇਦ ਲੱਤ ਟੁੱਟੀ ਸੀ ਕਿੱਦਾਂ ਸੰਗਤ ਨੇ ਸਾਨੂੰ ਦੱਸਿਆ, ਅਸੀਂ ਯੂਟਿਊਬ 'ਤੇ ਦੇਖਿਆ, ਪਰ ਦਾਤਾ ਜੀ ਆਪਣੇ ਮੁਰਸ਼ਦ ਵੱਲੋਂ ਨਹੀਂ ਕਦੀ ਪੈਰ ਪਿੱਛੇ ਪਾਇਆ, ਜੋ ਮੁਰਸ਼ਿਦਾਂ ਨੇ ਕਿਹਾ ਉਹੀ ਮੰਨਿਆ। ਹੁਣ ਤੁਸੀਂ ਇੱਕ ਵਾਰੀ ਫਿਰ ਤੁਹਾਨੂੰ ਮੈਂ ਦਾਤਾ ਜੀ ਦੇ ਉਸ ਦੀਆਂ ਮੁਬਾਰਕਾਂ ਦੇਣਾ ਚਾਹੁੰਦਾ ਹਾਂ ਅਤੇ ਤੁਸੀਂ 12 ਤੋਂ 14 ਦਸੰਬਰ ਤੱਕ ਦਾਤਾ ਜੀ ਦੇ ਦਰਬਾਰ ਦੇ ਵਿੱਚ ਜ਼ਰੂਰ ਹਾਜ਼ਰੀ ਭਰਨਾ। ਇਹ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ, ਅਤੇ ਇੱਕ ਵਾਰੀ ਫਿਰ ਦਾਤਾ ਜੀ ਦੇ ਉਸ ਦੀਆਂ ਤੁਹਾਨੂੰ ਮੁਬਾਰਕਾਂ। ਜੈ ਮਸਤਾ ਦੀ, ਜੈ ਪੀਰਾ ਦੀ, ਜੈ ਬਲੀਆ ਦੀ। ਜੇ ਇਸ ਵੀਡੀਓ ਦੇ ਵਿੱਚ ਕੋਈ ਗਲਤ ਲਫ਼ਜ਼ ਬੋਲ ਹੋ ਗਿਆ ਤਾਂ ਸਾਨੂੰ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਜੈ ਪੀਰਾ ਦੀ, ਜੈ ਮਸਤਾ ਦੀ, ਜੈ ਦਾਤਿਆ ਦੀ।